ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਆਪੇ ਮਰ ਜਾਂਦੇ ਜਿਹੜੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਰਦਾਨਿਆ ਫਿਕਰ ਨਾ ਕਰ ਚੱਕੀਆਂ ਆਪੇ ਚੱਲੀਆਂ ਧਿਆਨ ਦਿਓ ਬਾਬਰ ਸਤਿਗੁਰਾਂ ਨੂੰ ਲੈ ਗਿਆ ਆਪਣੇ ਮਹਿਲ ਵਿੱਚ ਲੈ ਗਿਆ ਮਹਿਲ ਦੇ ਉਸ ਕਮਰੇ ਵਿੱਚ ਲੈ ਗਿਆ ਜਿਹਦੇ ਵਿੱਚ ਆਏ ਗਿਆਂ ਦਾ ਸਤਿਕਾਰ ਕੀਤਾ ਜਾਂਦਾ ਸੀ ਆਏ ਗਿਆਂ ਨੂੰ ਬਿਠਾਇਆ ਜਾਂਦਾ ਸੀ ਜਿਹਦੇ ਵਿੱਚ ਬਾਬਰ ਤੋਂ ਇਲਾਵਾ ਉਹੀ ਅੰਦਰ ਜਾ ਸਕਦਾ ਸੀ ਜਿਹੜਾ ਕੋਈ ਖਾਸ ਹੁੰਦਾ ਸੀ ਕੋਈ ਖਾਸ ਮਹਿਮਾਨ ਹੁੰਦਾ ਸੀ ਉਹ ਐਸਾ ਕਮਰਾ ਬਣਿਆ ਮਹਿਲ ਦੇ ਵਿੱਚ ਮਹਾਰਾਜ ਨੂੰ ਲੈ ਗਏ ਸਤਿਗੁਰ ਗਏ ਕੀ ਤੱਕਿਆ ਇੱਕ ਬਹੁਤ ਵੱਡਾ ਜਿਵੇਂ ਟੱਬ ਹੁੰਦਾ ਹੈ ਸਾਧ ਸੰਗਤ ਉਹ ਭਰਿਆ ਪਿਆ ਸ਼ਰਾਬ ਦੇ ਨਾਲ ਸ਼ਰਾਬ ਦਾ ਭਰਿਆ ਪਿਆ ਬਾਬਰ ਮਹਾਰਾਜ ਨੂੰ ਲੈ ਗਿਆ ਸਤਿਕਾਰ ਕਰਨ ਵਾਸਤੇ ਕੌਲੀ ਭਰ ਕੇ ਦੇਤੀ ਵਾਹਿਗੁਰੂ ਜਿਵੇਂ ਆਪਾਂ ਵੀ ਰਿਸ਼ਤੇਦਾਰਾਂ ਦਾ ਸਤਿਕਾਰ ਕਰਨ ਵਾਸਤੇ ਠੇਕੇ ਤੇ ਲੈ ਕੇ ਜਾਂਦੇ ਉਹਦੀ ਠੇਕੇ ਤੇ ਜਾਣਾ ਪੈਂਦਾ ਸਕੂਟਰ ਚੁੱਕ ਕੇ ਵੀ ਆ ਗਿਆ ਪ੍ਰਾਹੁਣਾ ਜਿੱਦਣ ਕੋਈ ਪ੍ਰਾਹੁਣੇ ਆਉਂਦੇ ਨੇ ਰਿਸ਼ਤੇਦਾਰ ਆਉਂਦੇ ਨੇ ਉਸੇ ਸਮੇਂ ਦੌੜ ਲੱਗ ਜਾਂਦੀ ਹੈ ਸਾਧ ਸੰਗਤ ਉਹਨੇ ਇੱਕ ਕੌਲੀ ਭਰ ਕੇ ਗੁਰੂ ਨਾਨਕ ਸਾਹਿਬ ਨੂੰ ਫੜਾ ਦਿੱਤੀ ਸ਼ਰਾਬ ਦੀ ਮਹਾਰਾਜ ਨੇ ਹੱਥ ਨਾ ਲਾਇਆ ਸਤਿਗੁਰ ਕਹਿੰਦੇ ਇਹ ਕੀ ਹੈ ਸਤਿਗੁਰ ਕਹਿੰਦੇ ਇਹ ਕੀ ਹੈ ਕਹਿੰਦਾ ਜੀ ਇਹ ਕੀ ਹੈ ਤੁਹਾਨੂੰ ਨੀ ਪਤਾ ਮਹਾਰਾਜ ਕਹਿੰਦੇ ਦੱਸਗਾ ਕਹਿੰਦਾ ਜੀ ਇਹ ਅੰਮ੍ਰਿਤ ਹੈ ਉਹ ਸ਼ਰਾਬ ਨੂੰ ਅੰਮ੍ਰਿਤ ਸਮਝੀ ਫਿਰਦੇ ਨੇ ਕਈ ਬਹੁਤ ਨੇ ਜਿਹੜੇ ਸ਼ਰਾਬ ਨੂੰ ਅੰਮ੍ਰਿਤ ਹੀ ਸਮਝਦੇ ਨੇ ਉਹਨਾਂ ਵਾਸਤੇ ਮਹਾਰਾਜ ਨੇ ਉਹਨਾਂ ਨੂੰ ਹੀ ਆਖਿਆ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਵਿਖਿਆ ਮਿੱਠੀ ਕਹਿੰਦੇ ਅੰਮ੍ਰਿਤ ਨੂੰ ਤੇ ਕੌੜਾ ਲੱਗਦਾ ਅੰਮ੍ਰਿਤ ਤੋਂ ਤੇ ਨੱਕ ਚੜਾਉਂਦੇ ਨੇ ਜਿਹੜੀ ਕੌੜੀ ਹੈ ਸ਼ਰਾਬ ਵਿਖਿਆ ਉਹਨੂੰ ਮਿੱਠੀ ਕਰਕੇ ਮੰਨਦੇ ਨੇ ਉਹਨੂੰ ਪੈਸੇ ਲਾ ਲਾ ਪੀਂਦੇ ਨੇ ਹਜ਼ਾਰਾਂ ਰੁਪਈਆ ਬਰਬਾਦ ਕਰ ਦਿੰਦੇ ਨੇ ਹੈ ਕੀ ਹੈ ਉਹ ਹੈ ਕੀ ਹੈ ਆ 5 ਰੁਪਏ ਦੀ ਅਲਕੋਹਲ 100 ਰੁਪਏ ਦੀ ਵਿਕਦੀ ਹੈ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਬੁਰਾ ਹਾਲ ਹੈ ਅੱਜ ਨਸ਼ਈ ਬੰਦਿਆਂ ਦਾ ਬਹੁਤ ਬੁਰਾ ਹਾਲ ਸਾਧ ਸੰਗਤ ਇੰਨੇ ਨਸ਼ੇ ਵੱਧ ਗਏ ਕਈ ਮੈਂ ਗਿਣਦਾ ਹੁੰਦਾ ਕੈਪਸੂਲ ਖਾਂਦੇ ਨੇ ਕਈ ਟੀਕੇ ਲਗਾਉਂਦੇ ਨੇ ਆਪਣੇ ਆਪ ਨੂੰ ਇੱਕ ਮੈਨੂੰ ਮਿਲਿਆ ਕਹਿੰਦਾ ਜੀ ਇਹ ਘੱਟ ਗਿਣਦੇ ਹੋ ਤੁਸੀਂ ਹੋਰ ਵੀ ਗਿਣਿਆ ਕਰੋ ਮੈਂ ਕਿਹਾ ਕੀ ਕਹਿੰਦੇ ਕਈ ਕਿਰਲੀਆਂ ਦੀਆਂ ਪੂਛਾਂ ਵੀ ਖਾਂਦੇ ਨੇ ਧਿਆਨ ਦਿਓ ਇਹ ਸੱਚੀ ਗੱਲ ਹੈ ਇੱਕ ਹੋਰ ਦੱਸਿਆ ਇੱਕ ਨੇ ਕਹਿੰਦਾ ਜੀ ਇਹ ਜਿਹੜੀ ਆਰਿਓ ਡੈਕਸ ਲਾਉਂਦੇ ਆ ਨਾ ਕਈ ਮੂਵ ਕੋਈ ਦਰਦ ਹਟਾਉਣ ਵਾਸਤੇ ਕਹਿੰਦੇ ਬ੍ਰੈਡਾਂ 'ਚ ਲਾ ਕੇ ਵੀ ਖਾਂਦੇ ਨੇ ਬੁਰਾ ਹਾਲ ਹੋ ਗਿਆ ਇੰਨੀ ਮੱਤ ਮਾਰੀ ਗਈ ਸੰਗਰਾਂਦ ਵਾਲੇ ਦਿਨ ਇੱਕ ਬੀਬੀ ਨਾਲ ਉਹਦਾ ਮੁੰਡਾ ਘਰ ਵਾਲਾ ਵੀ ਨਾਲ ਤੇ ਆਏ ਕਹਿੰਦੇ ਬਾਪੂ ਜੀ ਬਾਬਾ ਜੀ ਆ ਸਾਡੇ ਬਾਪੂ ਨੂੰ ਹਟਾਓ ਇਹਨੂੰ ਸਿਆਣਾ ਬਣਾਓ ਮੈਂ ਕਿਹਾ ਸਿਆਣਾ ਹੈ ਇਸ ਉਮਰ ਨੂੰ ਸਿਆਣੀ ਉਮਰ ਗਿਣਦੇ ਨੇ ਨਾ ਚਿੱਟੀ ਦਾੜੀ ਨੂੰ ਇਹ ਸਿਆਣਾ ਹੈ ਡਿੱਗਦਾ ਗੰਦੀਆਂ ਨਾਲੀਆਂ 'ਚ ਸਿਆਣਾ ਪੀਂਦਾ ਸ਼ਰਾਬਾਂ ਇਹ ਸਿਆਣਾ ਇਹਦਾ ਕਿਹੜਾ ਪਾਸਾ ਸਿਆਣਾ ਸਿਆਣਾ ਹੈ ਕੋਈ ਇਹਦੇ ਨਾਲ ਤੇ ਨਿਆਣੇ ਸਿਆਣੇ ਨੇ ਸ੍ਰੀ ਵਾਹਿਗੁਰੂ ਕਿੱਥੇ ਭਟਕਦਾ ਫਿਰਦਾ ਉਹ ਬਾਪੂ ਆ ਗਿਆ ਇਹਨੂੰ ਹਟਾਓ ਜੀ ਕਹਿੰਦੇ ਨਸ਼ੇ ਖਾਂਦਾ ਮੈਂ ਕਿਹਾ ਬਾਪੂ ਸਿਆਣਾ ਬਣ ਕਹਿੰਦਾ ਮੈਂ ਤੇ ਕੁਛ ਨੀ ਜੀ ਖਾਂਦਾ ਸਿੱਧਾ ਹੀ ਮੁੱਕਰ ਗਿਆ ਕਹਿੰਦਾ ਮੈਂ ਤੇ ਖਾਂਦਾ ਹੀ ਨਹੀਂ ਬਾਬਾ ਜੀ ਸ਼ਰਾਬ ਮੈਂ ਨੀ ਪੀਂਦਾ ਮਾਸ ਮੈਂ ਨੀ ਖਾਂਦਾ ਜਰਦਾ ਮੈਂ ਨੀ ਖਾਂਦਾ
ਐਵੇਂ ਝੂਠ ਬੋਲਦੇ ਨੇ ਸੁੱਖਾ ਮੈਂ ਨਹੀਂ ਪੀਂਦਾ। ਮੈਂ ਕਿਹਾ ਐਵੇਂ ਤੇ ਨਹੀਂ ਕਹਿੰਦੇ, ਬਸ ਬਾਬਾ ਜੀ ਮੈਂ ਤੇ ਕੁਛ ਨਹੀਂ ਖਾਂਦਾ, ਬਸ ਸੁੱਕਾ ਮਾਲ ਖਾ ਲਈਦਾ ਮਾੜਾ ਮੋਟਾ। ਮੈਂ ਕਿਹਾ ਸੁੱਕਾ ਮਾਲ ਮੈਨੂੰ ਪਹਿਲਾਂ ਸਮਝ ਨਾ ਆਏ, ਇਹ ਸੁੱਕਾ ਮਾਲ ਕਿਹਨੂੰ ਕਹਿੰਦਾ ਹੈ? ਬੀਬੀ ਕਹਿੰਦੀ ਬਾਬਾ ਜੀ ਇਸੇ ਦਾ ਤੇ ਪੰਗਾ ਹੈ, ਭੁੱਕੀ ਖਾਂਦਾ ਹੈ। ਮੈਂ ਕਿਹਾ ਬਾਪੂ ਤਾਂ ਹੀ ਤੇ ਦਾਰੇ ਪਹਿਲਵਾਨ ਵਰਗਾ, ਤੂੰ ਵੀ ਤੇ ਸੁੱਕਿਆ ਹੀ ਪਿਆ। ਵਾਹ ਉਹ ਸੁੱਕਾ ਮਾਲ ਖਾਣ ਵਾਲੇ ਉਹ ਜਾਂਦੇ ਕਿਸੇ ਪਾਸੇ ਹੋਰ ਹੋ ਤੇ ਤੁਰਦੇ ਕਿਸੇ ਪਾਸੇ। ਇਹ ਸੁੱਕੇ ਮਾਲ ਨੇ ਸਾਡੇ ਕਰਮ ਸੁਕਾ ਦੇਣੇ ਨੇ। ਸੱਚੀ ਗੱਲ ਹੈ, ਕਿਸੇ ਨੂੰ ਗੁੱਸਾ ਲੱਗਦਾ ਵੀ ਚਲੋ ਕੋਈ ਗੱਲ ਨਹੀਂ, ਜਿਹੜੀ ਗੱਲ ਸਤਿਗੁਰਾਂ ਨੇ ਆਖਿਆ ਉਹ ਤੇ ਕਹਿਣੀ ਨਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਮੈਂ ਨਹੀਂ ਕਹਿੰਦਾ, ਬਾਣੀ ਦਾ ਸਤਿਗੁਰਾਂ ਨੂੰ ਕੀ ਕਹੋਗੇ? ਡਾਂਗ ਚੁੱਕੋਗੇ? ਸਤਿਗੁਰਾਂ ਨੂੰ ਕੀ ਕਹੋਗੇ? ਗਾਲਾਂ ਕੱਢੋਗੇ? ਨਹੀਂ ਨਹੀਂ, ਸਾਡੀਆਂ ਗਾਲਾਂ ਦਾ ਵੀ ਉਹਦੇ ਉੱਤੇ ਕੋਈ ਅਸਰ ਨਹੀਂ। ਕੀ ਘੱਟ ਚੱਲਾ ਸਤਿਗੁਰਾਂ ਦਾ? ਸਤਿਗੁਰਾਂ ਨੇ ਰੋਕਿਆ, ਬਾਬਾ ਹੋਰ ਖਾਣਾ, ਤੈਨੂੰ ਇੰਨਾ ਕੁਝ ਦਿੱਤਾ ਜਿਹੜਾ ਇਹਨਾਂ ਨੂੰ ਛੱਡ ਕੇ ਹੋਰ ਖਾਣੇ ਖਾਣਾ ਨਾ, ਖੁਸ਼ੀ ਖੁਆਰ, ਉਹਨਾਂ ਨੇ ਤੇਰੀਆਂ ਖੁਸ਼ੀਆਂ ਨੂੰ ਖੁਆਰ ਕਰ ਦੇਣਾ, ਤੇਰੀਆਂ ਖੁਸ਼ੀਆਂ ਬਰਬਾਦ ਕਰ ਦੇਣੀਆਂ ਨੇ, ਤੇਰੀਆਂ ਖੁਸ਼ੀਆਂ ਖਤਮ ਕਰ ਦੇਣੀਆਂ ਨੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਉਹਦੇ ਨਾਲ ਕੀ ਹੋਏਗਾ? ਜਿੱਤ ਖਾਧੇ ਤਨ ਪੀੜੀ ਹੈ, ਸਰੀਰ ਜਿਹੜਾ ਪੀੜਿਆ ਜਾਂਦਾ, ਜਿਵੇਂ ਕੋਹਲੂ ਚ ਪੀੜ ਦਈਏ, ਨਸ਼ਈ ਬੰਦਿਆਂ ਦਾ ਸਰੀਰ ਪੀੜਿਆ ਜਾਂਦਾ। ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ, ਇਹ ਜਿਹੜੇ ਨਸ਼ੇ ਨੇ ਸਾਡੇ ਮਨ ਨੂੰ ਵੀ ਵਿਕਾਰੀ ਬਣਾਉਂਦੇ ਨੇ। ਇਹ ਜਿਹੜੇ ਨਸ਼ੇ ਨੇ ਇਹ ਅੰਦਰ ਵਿਕਾਰ ਪੈਦਾ ਕਰਦੇ ਨੇ। ਬਾਬਾ ਹੋਰ ਖਾਣਾ ਖੁਸ਼ੀ ਖੁਆ, ਜਿੱਤ ਖਾਧੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਇਹਦੇ ਨਾਲ ਅੰਦਰ ਵਿਕਾਰ ਪੈਦਾ ਹੁੰਦੇ, ਇਸੇ ਕਰਕੇ ਰੋਕਿਆ ਸਤਿਗੁਰਾਂ ਨੇ ਥਾਂ ਥਾਂ ਤੇ ਰੋਕਿਆ। ਪਰ ਕਰੀਏ ਕੀ, ਪੜਿਓ ਧਾਰਨਾ, ਕਿਸੇ ਦੀ ਗੱਲ ਕੀ ਕਰਨੀ ਹੈ? ਮਨ ਮੂਰਖ ਮੇਰਾ ਨਾ ਸਮਝੇ, ਇਹ ਕਿਸੇ ਦੇ ਸਮਝਾਇਆ ਤੇ ਸਮਝਦਾ ਨਹੀਂ। ਬੜਾ ਸਮਝਾਇਆ ਸਤਿਗੁਰਾਂ ਨੇ, ਜਿਵੇਂ ਮਾਂ ਸਮਝਾਉਂਦੀ ਹੈ ਨਾ, ਇਵੇਂ ਬਾਣੀ ਨੇ ਸਾਨੂੰ ਸਮਝਾਇਆ। ਪਰ ਸਮਝਦੇ ਨਹੀਂ। ਕਿਸੇ ਕਿਸੇ ਨੂੰ ਬਾਣ ਲੱਗਦੇ ਨੇ ਕਬੀਰ ਸਤਿਗੁਰ ਸੂਰਮੇ ਸੂਰਮੇ,
ਵਾਹਿਆ ਬਾਂਜੋ ਇੱਕ ਲਾਗਤ ਹੀ ਭੋਏ ਪਰਾ ਕਰੇ ਜੀ ਛੇਕ ਛੇਕ ਕਿਸੇ ਕਿਸੇ ਨੂੰ ਲੱਗਦਾ ਬਾਣ ਤੈਨੂੰ ਇੱਕ ਨਾ ਲੱਗੇ ਹੋਏ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਇੱਕ ਨਾ ਲੱਗੇ ਹੋਏ ਮਨਾ ਮੇਰਿਆ ਬਾਣੀ ਤੇਰੇ ਬਾਣ ਮਾਰਦੀ ਤੈਨੂੰ ਇੱਕ ਖੁਸ਼ੀ ਖੁਆ ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਵੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕੌਲੀ ਕਰਤੀ ਕਹਿੰਦੇ ਪੀ ਲਓ ਮਹਾਰਾਜ ਕਹਿੰਦੇ ਬਾਦਸ਼ਾਹ ਇਹ ਕੀ ਹੈ ਕਹਿੰਦੇ ਜੀ ਅੰਮ੍ਰਿਤ ਹੈ ਸ਼ਰਾਬ ਮਾੜੀ ਹੈ ਪਰ ਸ਼ਰਾਬੀ ਨੂੰ ਪਿਆਰੀ ਲੱਗਦੀ ਚੋਰੀ ਮਾੜੀ ਹੈ ਚੋਰ ਨੂੰ ਪਿਆਰੀ ਲੱਗਦੀ ਝੂਠ ਬੋਲਣਾ ਪਾਪ ਹੈ ਪਰ ਜਿਹੜਾ ਝੂਠ ਬੋਲਣ ਦਾ ਆਦੀ ਬਣ ਗਿਆ ਉਹਨੂੰ ਝੂਠ ਪਿਆਰਾ ਲੱਗਦਾ ਹੈ ਇਸ ਤਰ੍ਹਾਂ ਪਾਪ ਹੈ ਮਾੜਾ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ ਪਾਪ ਬੁਰਾ ਪਾਪੀ ਕੋ ਪਿਆਰਾ ਸਤਿਗੁਰ ਕਹਿੰਦੇ ਪਾਪ ਹੈ ਬੁਰਾ ਪਰ ਪਾਪੀ ਨੂੰ ਉਹ ਪਿਆਰਾ ਲੱਗਦਾ ਹੈ ਸ਼ਰਾਬ ਮਾੜੀ ਹੈ ਪਰ ਸ਼ਰਾਬੀ ਨੂੰ ਪਿਆਰੀ ਲੱਗਦੀ ਹੈ ਖਿਮਾ ਕਰਿਓ ਮੈਂ ਬੜੇ ਨੇ ਜਿਹੜੇ ਬੋਤਲਾਂ ਭੰਨਦੇ ਵੇਖੇ ਨੇ ਮਰੌੜੀ ਪਿੰਡ ਸੁਣਿਆ ਜਿਹੜੇ ਪੀਣ ਵਾਲੇ ਉਹਨਾਂ ਨੇ ਤਾਂ ਜ਼ਰੂਰ ਸੁਣਿਆ ਹੋਏਗਾ ਮਰੌੜੀ ਪਿੰਡ ਮੰਨਿਆ ਹੋਇਆ ਕਹਿੰਦੇ ਜੀ ਉੱਥੇ ਸ਼ਰਾਬ ਨਿਕਲਦੀ ਬਹੁਤ ਹੈ ਗਰੀਬ ਲੋਕ ਨੇ ਧੰਦਾ ਬਹੁਤਿਆਂ ਨੂੰ ਇਹੀ ਕਰਨਾ ਪੈਂਦਾ ਇਲਾਕੇ ਦੇ ਜਿੰਨੇ ਸਮਾਣਾ ਇਲਾਕਾ ਸਭ ਉੱਥੋਂ ਹੀ ਆਉਂਦੇ ਨੇ ਘੜੇ ਭਰ ਭਰ ਕੇ ਪਹਿਲੀ ਵਾਰੀ ਦੀਵਾਨ ਲੱਗੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਮੈਂ ਕਿਹਾ ਗੁਰਮੁਖੋ ਮਸ਼ਹੂਰ ਹੈ ਤੁਹਾਡੇ ਪਿੰਡ ਦਾ ਨਾਂ ਮਰੌੜੀ ਸ਼ਰਾਬ ਵਾਲੀ ਮਰੌੜੀ ਝੁੱਗੀ ਵਾਲੇ ਬਾਬੇ ਦਾ ਉੱਥੇ ਡੇਰਾ ਹੈ ਮੰਨਦੇ ਨੇ ਸਾਰਾ ਪਿੰਡ ਮੰਨਦਾ ਮੈਂ ਕਿਹਾ ਇਹਨਾਂ ਮਰੌੜੀ ਨੂੰ ਗੁਰਮੁਖਾਂ ਦੀ ਮਰੌੜੀ ਬਣਾ ਦਿਓ ਕਿਰਪਾ ਹੋਈ ਹੈ ਸਤਿਗੁਰਾਂ ਦੀ ਹਜ਼ਾਰ ਕੁ ਪ੍ਰਾਣੀ ਨੇ ਉੱਥੇ ਅੰਮ੍ਰਿਤ ਛਕਿਆ ਸਤਿ ਸ੍ਰੀ ਅਕਾਲ ਦੋ ਤਿੰਨ ਵਾਰੀ ਅੰਮ੍ਰਿਤ ਸੰਚਾਰ ਹੋਇਆ ਤੇ ਉਹਨਾਂ ਲੋਕਾਂ ਨੇ ਨਾ ਕਈਆਂ ਨੇ ਬੀਬੀਆਂ ਵੀ ਕੱਢਦੀਆਂ ਉੱਥੇ ਪੁਲਿਸ ਡਰਦੀ ਉਹਨਾਂ ਤੋਂ ਉੱਥੇ ਜਾਂਦੇ ਨੀ ਮਰੌੜੀ ਚ ਛੇਤੀ ਛੇਤੀ ਛਾਪਾ ਮਾਰ ਨਹੀਂ ਜਾਂਦੇ ਉੱਥੇ ਤੇ ਘੜੇ ਲਿਆ ਲਿਆ ਕੇ ਮੈਂ ਖੁਦ ਵੇਖਿਆ ਗੱਡੀ ਦੇ ਸਾਹਮਣੇ ਲਿਆ ਲਿਆ ਕੇ ਭੰਨੇ ਬਾਬਾ ਜੀ ਅੱਜ ਤੋਂ ਨਹੀਂ ਪੀਂਦੇ ਭਾਵੇਂ ਭੁੱਖੇ ਮਰ ਜਾਈਏ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਤੇ ਸਤਿਗੁਰਾਂ ਦੀ ਬਾਣੀ ਦਾ ਅਸਰ ਹੁੰਦਾ ਪਰ ਕਈ ਇੰਨੇ ਕਠੋਰ ਨੇ ਜਿੰਨਾ ਮਰਜ਼ੀ ਸੁਣੀ ਜਾਣ ਦਿਨ ਰਾਤ ਸੁਣੀ ਜਾਣ ਉਹਨਾਂ ਤੇ ਅਸਰ ਕੋਈ ਨਹੀਂ ਕੋਈ ਅਸਰ ਨਹੀਂ ਕਹਿ ਦਿੰਦੇ ਆਪਾਂ ਪੱਥਰ ਤੇ ਬੂੰਦ ਪਈ ਕਿ ਪਰ ਨਹੀਂ ਪਾਈ ਪੱਥਰ ਤੇ ਵੀ ਬੂੰਦ ਦਾ ਨਿਸ਼ਾਨ ਪੈ ਜਾਂਦਾ
ਪਾਣੀ ਭਰ ਕੇ ਲਿਆਉਂਦੇ ਨਾ ਜਿਹੜੇ ਨਲਕੇ ਤੋਂ, ਇੱਕ ਇੱਕ ਮੂੰਦ ਪਾਣੀ ਦੀ ਡਿੱਗਦੀ ਰਹਿੰਦੀ ਹੈ। ਸਾਲ ਦੋ ਸਾਲ ਵਿੱਚ ਪੱਥਰ ਤੇ ਵੀ ਨਿਸ਼ਾਨ ਪੈ ਜਾਂਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਹੁਕਮ ਪੱਕਾ ਕਰਤਾ, ਤਾਗੀਦ ਕਰਤੀ, ਗੁਰਸਿੱਖ ਨਿਤਨੇਮ ਕਰਨਾ ਹੀ ਕਰਨਾ ਹੈ। ਕਿਉਂਕਿ ਨਿਤਨੇਮ ਰੋਜ਼ ਕਰੀ ਚੱਲੀ, ਕਰੀ ਚੱਲੀ, ਕਰੀ ਚੱਲੀ, ਕਦੇ ਨਾ ਕਦੇ ਤੇ ਅਸਰ ਹੋ ਹੀ ਜਾਏ। ਜੀਵ ਨਾਲ ਪੜ੍ਹੀ ਚੱਲਾਂਗੇ, ਕਦੇ ਨਾ ਕਦੇ ਮਨ ਵੀ ਪੜ੍ਹੇਗਾ। ਇਸੇ ਕਰਕੇ ਆਖਿਆ ਨਿਤਨੇਮ ਜ਼ਰੂਰੀ ਨਹੀਂ, ਤੇ ਉਹੀ ਹੈ ਬਾਣੀ ਤੇ ਰੋਜ਼ ਉਹੀ ਹੈ, ਰਹਿਰਾਸ ਸਾਹਿਬ ਵੀ ਉਹੀ ਹੈ, ਜਪਜੀ ਸਾਹਿਬ ਵੀ ਉਹੀ ਹੈ, ਜਾਪ ਸਾਹਿਬ ਵੀ ਉਹੀ, ਸਵਈਏ ਵੀ ਚੌਪਈ ਆਨੰਦ ਸਾਹਿਬ ਵੀ ਉਹੀ, ਬਾਣੀਆਂ ਉਹੀ ਨੇ। ਰੋਜ਼ ਰੋਜ਼ ਪੜ੍ਹਨ ਦਾ ਮਤਲਬ ਕੀ ਹੈ? ਪੱਥਰ ਜਿਹੜਾ ਸਾਡਾ ਦਿਲ ਹੈ ਉਹਦੇ ਤੇ ਅਸਰ ਹੋਵੇ। ਮਨ ਪੱਥਰ ਬਣ ਚੁੱਕਿਆ, ਇੱਕ ਪੱਥਰ ਮਾਰੋ, ਪੱਥਰ ਚੋਟ ਕਰਦਾ, ਉਹਦਾ ਇਲਾਜ ਡਾਕਟਰ ਕਰ ਸਕਦਾ। ਪੱਥਰ ਮਾਰੋ, ਉਹ ਤਨ ਉੱਤੇ ਚੋਟ ਕਰਦਾ, ਉਹਦਾ ਇਲਾਜ ਵੈਦ ਕਰ ਸਕਦਾ। ਜਿਹੜੇ ਲੋਕਾਂ ਦੇ ਮਨ ਪੱਥਰ ਬਣ ਚੁੱਕੇ ਨੇ, ਉਹ ਇਹੋ ਜਿਹਾ ਵਾਰ ਕਰਦੇ ਨੇ ਜਿਹਦਾ ਇਲਾਜ ਇਹ ਵੈਦ ਨਹੀਂ ਕਰ ਸਕਦੇ। ਮਨ ਰੂਪੀ ਮਨ ਜਿਨ੍ਹਾਂ ਦੇ ਪੱਥਰ ਨੇ ਨਾ, ਉਹ ਵੀ ਵਾਰ ਕਰਦੇ ਨੇ, ਐਸਾ ਬਚਨ ਕਹਿਣਗੇ ਜਿਹੜਾ ਭੁੱਲਦਾ ਹੀ ਨਹੀਂ ਸਾਰੀ ਜ਼ਿੰਦਗੀ, ਇਹੋ ਜਿਹਾ ਸ਼ਬਦ ਕਹਿਣਗੇ ਜਿਹੜਾ ਭੁੱਲਦਾ ਹੀ ਨਹੀਂ। ਗੁਰੂ ਨਾਨਕ ਸਾਹਿਬ ਖਲੋਤੇ ਨੇ, ਬਾਬਰ ਨੇ ਕੌਲੀ ਸਾਹਮਣੇ ਕਰਤੀ, ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ। ਕਹਿੰਦੇ ਕੀ ਹੈ? ਕਹਿੰਦਾ ਮਹਾਰਾਜ ਅੰਮ੍ਰਿਤੀ ਹੈ, ਪੀ ਲਓ, ਇਹਦੇ ਨਾਲ ਕੀ ਹੋਏਗਾ? ਕਹਿੰਦਾ ਇਹਦੇ ਨਾਲ ਦੁਨੀਆ ਭੁੱਲ ਜਾਏਗੀ, ਇਹਦੇ ਨਾਲ ਨਸ਼ਾ ਆਏਗਾ, ਇਹਦੇ ਨਾਲ ਮਸਤੀ ਹੋ ਜਾਏਗੀ। ਮਹਾਰਾਜ ਕਹਿਣ ਲੱਗੇ ਨਸ਼ਾ ਕਿੰਨਾ ਚਿਰ ਰਹੇਗਾ? ਕਹਿੰਦਾ ਜੀ ਇਹਦਾ ਨਸ਼ਾ ਰਹੇਗਾ 2 ਘੰਟੇ। ਸਤਿਗੁਰ ਕਹਿੰਦੇ ਬਾਬਰਾ 2 ਘੰਟੇ ਬਾਅਦ ਕੀ ਕਰਾਂਗੇ? ਕਹਿੰਦਾ ਸਤਿਗੁਰੂ ਤੁਹਾਨੂੰ ਕਿਹੜਾ ਜਵਾਬ ਹੈ, ਇੱਕ ਕੌਲੀ ਹੋਰ ਭਰ ਲਿਓ। ਮਹਾਰਾਜ ਕਹਿੰਦੇ ਉਹਦਾ ਨਸ਼ਾ ਕਿੰਨਾ ਚਿਰ ਰਹੇਗਾ? ਕਹਿੰਦਾ ਜੀ 2 ਘੰਟੇ। ਸਤਿਗੁਰ ਕਹਿੰਦੇ ਫਿਰ ਕੀ ਕਰਾਂਗੇ? ਕਹਿੰਦਾ ਇੱਕ ਕੌਲੀ ਹੋਰ ਭਰ ਲਿਓ। ਮਹਾਰਾਜ ਨੇ ਜਵਾਬ ਦਿੱਤਾ ਬਾਬਰ ਨੂੰ, ਬਾਬਰਾ ਕੌਲੀ ਭਰਾਂਗੇ, ਪੀਆਂਗੇ 2 ਘੰਟੇ, ਨਸ਼ਾ ਰਹਿਣਾ ਤੇ ਲੈ ਜਾਣਾ। ਫਿਰ ਕੌਲੀ ਭਰਾਂਗੇ, ਪੀਆਂਗੇ 2 ਘੰਟੇ, ਨਸ਼ਾ ਰਹਿਣਾ ਤੇ ਉਹਨੇ ਫਿਰ ਲੈ ਜਾਣਾ। 2 ਘੰਟੇ ਨਸ਼ਾ ਰਹੇਗਾ, ਪਰ ਅਸੀਂ ਐਸਾ ਨਸ਼ਾ ਕੀਤਾ, ਸਾਨੂੰ ਐਸੀ ਖੁਮਾਰੀ ਚੜ੍ਹੀ ਹੈ, ਸਾਨੂੰ ਐਸੀ ਮਸਤੀ ਚੜ੍ਹੀ ਹੈ ਜਿਹੜੀ ਲੈਂਦੀ ਹੋਈ ਨਹੀਂ। ਕਹਿੰਦੇ ਜੀ ਇਹੋ ਜਿਹਾ ਕਿਹੜਾ ਨਸ਼ਾ ਹੈ, ਇਹੋ ਜਿਹਾ ਕਿਹੜਾ ਨਸ਼ਾ ਹੈ? ਸਤਿਗੁਰਾਂ ਨੇ ਆਖਿਆ ਸੀ, ਕਹਿੰਦੇ ਐਸਾ ਨਸ਼ਾ ਨਾਮ ਖੁਮਾਰੀ ਚੜੀ ਰਹੇ ਦਿਨ ਰਾਤ, ਨਾਮ ਦਾ ਨਸ਼ਾ ਚੜੇ। ਜਿਨ੍ਹਾਂ ਨੂੰ ਨਾਮ ਦਾ ਨਸ਼ਾ ਚੜਿਆ ਨਾ, ਉਹਨਾਂ ਨੂੰ ਆਹ ਝੂਠੇ ਨਸ਼ੇ ਕਰਨ ਦੀ ਲੋੜ ਨਹੀਂ ਪੈਂਦੀ, ਆਹ ਨਸ਼ੇ ਕਰਨ ਦੀ ਲੋੜ ਨਹੀਂ ਪੈਂਦੀ ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੋਵੇ। ਮੈਂ ਬੇਨਤੀ ਸ਼ੁਰੂ ਕੀਤੀ ਸੀ, ਰੰਗ ਚੜ੍ਹਦਾ ਬੜਾ ਔਖਾ, ਤੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ, ਬੰਦ ਬੰਦ ਕਟਵਾ ਲੈਣਗੇ, ਖੋਪਰ ਲੁਹਾ ਲੈਣਗੇ, ਆਰਿਆਂ ਨਾਲ ਤਨ ਚਰਵਾ ਲੈਣਗੇ, ਦੇਗਾਂ 'ਚ ਉਬਾਲੇ ਖਾ ਲੈਣਗੇ, ਤੱਤੀਆਂ ਤਵੀਆਂ 'ਤੇ ਬਹਿ ਜਾਣਗੇ, ਦੇਗਾਂ ਦੇ ਵਿੱਚ ਕੱਢ ਜਾਣਗੇ, ਪਰ ਮੂੰਹ ਨਹੀਂ ਮੋੜਦੇ ਆਪਣਾ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਜਾਤਾ ਸਾਈਂ। ਜਿਹੜੇ ਰੱਤੇ ਹੋਏ ਨੇ, ਜਿਹੜੇ ਅੰਦਰੋਂ ਜਿਨ੍ਹਾਂ ਨੇ ਪ੍ਰੀਤ ਪਾਈ ਹੈ, ਉਹ ਕਦੇ ਵੀ ਗੁਰੂ ਤੋਂ ਆਪਣਾ ਮੁੱਖ ਨਹੀਂ ਮੋੜਦੇ। ਜੋ ਮਰਜ਼ੀ ਹੋ ਜਾਵੇ, ਉਹ ਹੋਰ ਨਸ਼ੇ ਨਹੀਂ ਕਰਦੇ ਜਿਹੜੇ ਨਸ਼ਿਆਂ 'ਚ ਆਪਾਂ ਪਏ ਹੋਏ। ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ, ਨਸ਼ਿਆਂ ਦਾ ਤਿਆਗ ਕਰੋ। ਉਹ ਨਸ਼ਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਚੜੀ ਰਹੇ ਦਿਨ ਰਾਤ ਨਾਮ ਖੁਮਾਰੀ, ਨਾਮ ਖੁਮਾਰੀ।
ਜਿਹੜੇ ਦੁਨਿਆਵੀ ਨਸ਼ੇ ਨੇ ਇਹ ਬਹੁਤਾ ਚਿਰ ਨਹੀਂ, 2 ਘੰਟੇ 4 ਘੰਟੇ 8-10 ਘੰਟੇ ਨਸ਼ਾ ਰਹਿੰਦਾ ਫਿਰ ਲੈ ਜਾਂਦਾ, ਪਰ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਕੀਤਾ ਜਿਨ੍ਹਾਂ ਨੇ ਉਹ ਨਹੀਂ ਲੈਂਦਾ। ਪਰ ਇਹਨਾਂ ਸ਼ਰਾਬਾਂ ਦੇ ਵਿੱਚੋਂ ਕਿਸੇ ਨੇ ਕੱਢਿਆ ਕੁਛ ਨਹੀਂ। ਜਿੰਨੇ ਐਕਸੀਡੈਂਟ ਹੁੰਦੇ ਨੇ ਮੇਨ ਕਾਰਨ ਉਹਦਾ ਸ਼ਰਾਬ ਹੀ ਹੈ। ਜਿਹੜੇ ਪੀ ਕੇ ਚਲਾਉਂਦੇ ਨੇ ਆਪ ਵੀ ਮਰਦੇ ਨੇ, ਹੋਰਾਂ ਨੂੰ ਵੀ ਮਾਰਦੇ ਨੇ। ਸਾਧ ਸੰਗਤ, ਇਹ ਨਸ਼ਿਆਂ ਨੇ ਬੜਿਆਂ ਦੇ ਘਰ ਬਰਬਾਦ ਕੀਤੇ ਨੇ। ਤੈਨੂੰ ਸ਼ਰਾਬ ਦੀ ਗਲਾਸੀ ਨਜ਼ਰ ਆਉਂਦੀ ਹੈ, ਪਰ ਇਹ ਜਿਹੜੀ ਸ਼ਰਾਬ ਦੀ ਗਲਾਸੀ ਤੈਨੂੰ ਨਜ਼ਰ ਆਉਂਦੀ ਹੈ, ਇਹ ਸ਼ਰਾਬ ਦੀ ਗਲਾਸੀ ਇੱਕ ਐਸਾ ਗਹਿਰਾ ਸਮੁੰਦਰ ਹੈ। ਵੇਖਣ ਨੂੰ ਹੀ ਇਹ ਨਿੱਕੀ ਜਿਹੀ ਗਲਾਸੀ ਹੈ, ਧਿਆਨ ਦਿਓ, ਵੇਖਣ ਨੂੰ ਇਹ ਨਿੱਕੀ ਜਿਹੀ ਗਲਾਸੀ ਹੈ, ਇੱਕ ਐਸਾ ਗਹਿਰਾ ਸਮੁੰਦਰ ਹੈ। ਇਹਦੇ ਵਿੱਚ ਤੇਰੇ ਬੱਚਿਆਂ ਦਾ ਭਵਿੱਖ ਰੁੜ ਜਾਣਾ, ਇਹਦੇ ਵਿੱਚ ਤੇਰੇ ਸਰੀਰ ਦੀ ਤਾਕਤ ਸੁੰਦਰਤਾ ਰੁੜ ਜਾਣੀ ਹੈ, ਬੱਚਿਆਂ ਦੀ ਪੜ੍ਹਾਈ ਲਿਖਾਈ ਰੁੜ ਜਾਣੀ ਹੈ, ਤੇਰੇ ਕਿੱਲਿਆਂ ਦੇ ਕਿੱਲੇ ਜ਼ਮੀਨ ਦੇ ਇਸ ਗਹਿਰੇ ਸਮੁੰਦਰ ਵਿੱਚ ਰੁੜ ਜਾਣਗੇ। ਘਰ ਬਾਰ ਬਰਬਾਦ ਹੋ ਜਾਂਦਾ, ਰਹਿੰਦਾ ਕੁਛ ਨਹੀਂ। ਸਾਧ ਸੰਗਤ, ਇਹਨਾਂ ਨਸ਼ਿਆਂ ਤੋਂ ਬਚਣਾ। ਪ੍ਰਮਾਣ ਛੋਟਾ ਜਿਹਾ, ਫਿਰ ਸਮਾਪਤੀ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਮਲੂਕੇ ਚੌਧਰੀ ਨੇ ਅਰਜ ਕੀਤੀ, ਗਲ ਚ ਪੱਲਾ ਪਾਇਆ, ਸਿਰ ਝੁਕਾਇਆ, ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਸਤਿਗੁਰ ਕਹਿੰਦੇ ਦੱਸ ਭਾਈ ਕੀ ਚਾਹੀਦਾ। ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਹੈ, ਹਟਾ ਦਿਓ। ਸਤਿਗੁਰ ਕਹਿੰਦੇ ਮਿਰਗੀ? ਹਾਂ ਮਹਾਰਾਜ, ਮੈਨੂੰ ਮਿਰਗੀ ਦਾ ਦੌਰਾ ਪੈਂਦਾ, ਹਟਾ ਦਿਓ। ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਗੁਰੂ ਨਾਨਕ, ਚੌਧਰੀਆ ਤੇਰੀ ਮਿਰਗੀ ਹਟ ਜਾਏਗੀ, ਤੇਰੀ ਮਿਰਗੀ ਹਟ ਜਾਏਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਦੱਸੋ, ਸਤਿਗੁਰ ਕਹਿੰਦੇ ਸ਼ਰਾਬ ਨਾ ਪੀਵੀ, ਤੇਰੀ ਮਿਰਗੀ ਹਟ ਜਾਏਗੀ, ਸ਼ਰਾਬ ਨਾ ਪੀਵੀ, ਸ਼ਰਾਬ ਦਾ ਸੇਵਨ ਕਰਨਾ ਛੱਡ ਦੇ। ਹੱਥ ਜੋੜ ਕੇ ਕਹਿੰਦਾ ਮਹਾਰਾਜ ਮਿਰਗੀ ਨਾ ਪਵੇ, ਮੈਂ ਸ਼ਰਾਬ ਛੱਡਣ ਨੂੰ ਤਿਆਰ ਹਾਂ। ਦੁੱਖ ਵਿੱਚ ਬੰਦਾ ਹਰ ਗੱਲ ਮੰਨਣ ਨੂੰ ਤਿਆਰ ਹੋ ਜਾਂਦਾ, ਭੁੱਲ ਜਾਂਦਾ ਜਦੋਂ ਸੁੱਖ ਆ ਜਾਏ। ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਨਹੀਂ ਪੈਣਾ ਚਾਹੀਦਾ, ਸ਼ਰਾਬ ਛੱਡਣ ਨੂੰ ਤਿਆਰ ਹੈ। ਸਤਿਗੁਰ ਕਹਿੰਦੇ ਤੇਰੀ ਮਿਰਗੀ ਅਸੀਂ ਲੈ ਲਵਾਂਗੇ, ਤੈਨੂੰ ਮਿਰਗੀ ਦਾ ਦੌਰਾ ਨਹੀਂ ਪਏਗਾ, ਸ਼ਰਾਬ ਨਾ ਪੀਵੀ। ਕਹਿੰਦਾ ਜੀ ਨਹੀਂ ਪੀਵਾਂਗੇ। ਸ਼ਰਾਬ ਛੱਡ ਦਿੱਤੀ, ਇਹਨੇ ਸ਼ਰਾਬ ਛੱਡਤੀ, ਮਿਰਗੀ ਦਾ ਦੌਰਾ ਨਹੀਂ ਪਿਆ। ਇਤਿਹਾਸ ਪੜ੍ਹੋ ਪਤਾ ਲੱਗਦਾ ਹੈ, ਕਈ ਸਾਲ ਲੰਘ ਗਏ ਇਹਨੇ ਸ਼ਰਾਬ ਨਾ ਪੀਤੀ ਤੇ ਮਿਰਗੀ ਦਾ ਦੌਰਾ ਨਹੀਂ ਪਿਆ। 8 ਸਾਲ ਲੰਘੇ, 8 ਸਾਲ ਗੁਜ਼ਰਨ ਤੋਂ ਬਾਅਦ 8 ਸਾਲਾਂ ਪਿੱਛੋਂ ਅੱਜ ਸੰਗਤ ਹੋ ਗਈ ਮਾੜਿਆਂ ਦੀ। ਜੈਸੀ ਸੰਗਤ ਉਹੋ ਜਿਹੀ ਰੰਗਤ ਚੜ੍ਹ ਜਾਂਦੀ, ਜਿਹੋ ਜਿਹੀ ਸੰਗਤ ਕਰਾਂਗੇ ਉਹਦਾ ਅਸਰ ਜ਼ਰੂਰ ਹੋਏਗਾ। ਸੰਗਤ ਆਪਣਾ ਅਸਰ ਜ਼ਰੂਰ ਵਿਖਾਉਂਦੀ ਹੈ। ਸੰਗਤ ਹੋ ਗਈ ਮਾੜਿਆਂ ਦੀ, ਇਕੱਠੇ ਹੋ ਗਏ ਯਾਰ ਬੇਲੀ ਸਾਰੇ, ਮੌਸਮ ਸੀ ਥੋੜ੍ਹਾ ਜਿਹਾ ਠੰਡਾ। ਚੌਧਰੀਆ ਲੈ ਅੱਜ ਲਾ ਲੈ ਘੁੱਟ। ਚੌਧਰੀ ਕਹਿਣ ਲੱਗਾ ਨਹੀਂ ਮੈਂ ਨਹੀਂ ਪੀਣੀ, ਮੈਨੂੰ ਸਤਿਗੁਰਾਂ ਨੇ ਰੋਕਿਆ। ਉਹ ਕਹਿੰਦੇ ਚੌਧਰੀਆ ਸਤਿਗੁਰਾਂ ਨੇ ਰੋਕਿਆ, ਮਰਨ ਨੂੰ ਕਿਹੜਾ ਪਤਾ ਲੱਗਣ ਲੱਗਿਆ, ਸਤਿਗੁਰਾਂ ਨੂੰ ਕਿਹੜਾ ਪਤਾ ਲੱਗਦਾ ਹੈ। ਪੀ
ਕੇ ਅੰਦਰ ਵੜ ਕੇ ਬੈਠਾ ਰਹੀ ਕਿਹੜਾ ਪਤਾ ਲੱਗਣਾ ਨਾਲ ਦਿਆਂ ਨੇ ਇੰਨਾ ਆਖਿਆ ਵਾਰ ਵਾਰ ਇਹਦਾ ਵੀ ਦਿਲ ਕਰਦਾ ਸੀ ਕਹਿੰਦਾ ਚਲੋ ਇਹ ਤਰੀਕਾ ਵਧੀਆ ਪੀ ਕੇ ਅੰਦਰ ਵੜ ਕੇ ਬਹਿ ਜਾਂਗੇ ਪੀ ਕੇ ਕਹਿੰਦਾ ਅੰਦਰ ਵੜ ਕੇ ਬਹਿ ਜਾਂਗੇ ਬਾਹਰ ਨਹੀਂ ਜਾਂਦੇ ਜੇ ਬਾਹਰ ਜਾਵਾਂਗਾ ਲੋਕਾਂ ਨੂੰ ਪਤਾ ਲੱਗੂਗਾ ਤਾਂ ਹੀ ਮਹਾਰਾਜ ਕੋਲ ਗੱਲ ਜਾਏਗੀ ਕਹਿੰਦੇ ਅੰਦਰ ਵੜ ਕੇ ਬਹਿ ਜਾਂਗੇ ਕਿਹੜਾ ਪਤਾ ਲੱਗਣ ਲੱਗਿਆ ਕਈਆਂ ਦੇ ਅੱਜ ਵੀ ਐਸੇ ਲੋਕ ਨੇ ਜਿਹੜੇ ਸਵੇਰੇ ਉੱਠ ਕੇ ਨੀਲੀ ਪੀਲੀ ਜਾਂ ਚਿੱਟੀ ਬੰਨ ਲੈਂਦੇ ਨੇ ਉੱਪਰ ਦੀ ਗਾਤਰਾ ਰਾਤ ਨੂੰ ਟੇਕ ਕੇ ਤੇ ਸਵੇਰ ਨੂੰ ਜਥੇਦਾਰ ਜੀ ਬਣ ਜਾਂਦੇ ਹੁੰਦੇ ਨੇ ਕਈ ਇਹੋ ਗੁਰਸਿੱਖ ਬਹੁਤ ਨੇ ਕਮਾਲੀ ਕਮਾਈ ਵਾਲੇ ਬਹੁਤ ਨੇ ਜੀਵਨ ਵਾਲੇ ਬਹੁਤ ਨੇ ਪਰ ਕਈ ਸਾਧ ਸੰਗਤ ਸਵੇਰੇ ਗੁਰੂ ਕਾ ਬਾਣਾ ਰਾਤ ਨੂੰ ਠੇਕਿਆਂ ਤੇ ਉਹ ਲੋਕ ਬਾਣੇ ਨੂੰ ਵੀ ਬਦਨਾਮ ਕਰਦੇ ਨੇ ਜਿਵੇਂ ਇੱਕ ਮੱਝ ਲਿਬੜੀ ਹੋਵੇ ਹੋਰਾਂ ਨੂੰ ਲਵੇੜ ਦਿੰਦੀ ਨਾਲ ਉਹੀ ਕੰਮ ਇਹਨਾਂ ਲੋਕਾਂ ਦਾ ਇਹ ਸਾਰਿਆਂ ਦੇ ਨਾਮ ਨੂੰ ਧੱਬਾ ਲਵਾਉਂਦੇ ਨੇ ਲੋਕ ਕਹਿੰਦੇ ਪਤਾ ਨੀ ਕਿਰਪਾਨਾਂ ਵਾਲੇ ਸਾਰੇ ਹੀ ਪੀਂਦੇ ਨੇ ਬਦਨਾਮ ਸਾਰੇ ਹੁੰਦੇ ਨੇ ਹੁੰਦੇ ਜ਼ਰੂਰ ਨੇ ਪੀਣ ਵਾਲੇ ਵਿੱਚ ਪਰ ਮੈਂ ਸੰਗਤ ਵਿੱਚ ਬੇਨਤੀ ਕਈ ਵਾਰੀ ਕੀਤੀ ਹੈ ਅੰਮ੍ਰਿਤਧਾਰੀ ਹੋਵੇ ਪੀਤੀ ਹੋਵੇ ਸ਼ਰਾਬ ਉਹਨੇ ਤੁਹਾਨੂੰ ਕਿਤੇ ਮਿਲ ਜੇ ਤੇ ਉਸੇ ਸਮੇਂ ਸ੍ਰੀ ਸਾਹਿਬ ਲਾ ਲੈਣੀ ਚਾਹੀਦੀ ਡਿੱਗਿਆ ਫਿਰਦਾ ਹੈ ਸ੍ਰੀ ਸਾਹਿਬ ਵੀ ਠੇਕੇ ਤੇ ਵੀ ਸਾਧ ਸੰਗਤ ਉਹਨੂੰ ਕਹੋ ਸ੍ਰੀ ਸਾਹਿਬ ਲਾ ਲਈ ਹੁਣ ਜਿੱਥੇ ਮਰਜ਼ੀ ਡਿੱਗ ਭਾਵੇਂ ਖੂਹ 'ਚ ਡਿੱਗ ਭਾਵੇਂ ਭਾਖੜਾ 'ਚ ਡਿੱਗ ਪਰ ਬਾਣੇ ਨੂੰ ਦਾਗ ਨਾ ਲਾ ਖੁਸ਼ ਸਤਨਾਮ ਸ੍ਰੀ ਵਾਹਿਗੁਰੂ ਇਹ ਬਾਣਾ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਹੈ ਇਸ ਬਾਣੇ ਵਾਸਤੇ ਇਹ ਸਾਡੇ ਸਰੂਪ ਵਾਸਤੇ ਮਹਾਰਾਜ ਨੇ ਆਪਣਾ ਸਭ ਕੁਝ ਲੁਟਾਇਆ ਹੈ ਇਸ ਬਾਣੇ ਨੂੰ ਦਾਗ ਨਹੀਂ ਲਾਉਣਾ ਸਤਿ ਸ੍ਰੀ ਅਕਾਲ ਇਸ ਬਾਣੇ ਨੂੰ ਆਪਾਂ ਕਲੰਕ ਨਹੀਂ ਲਾਉਣਾ ਬੜਾ ਲੁਕ ਲੁਕ ਕੇ ਪੀਂਦੇ ਨੇ ਕਈ ਕਿਰਪਾਨਾਂ ਪਾਈਆਂ ਨੇ ਬਥੇਰੀਆਂ ਲਾਚੀਆਂ ਚੱਬਦੇ ਨੇ ਵੀ ਨਾ ਪਤਾ ਲੱਗੇ ਪਰ ਜਿੰਨਾ ਮਰਜ਼ੀ ਛੁਪਾ ਲਓ ਜਿਹੜੀ ਅੰਦਰ ਗਈ ਹੈ ਨਾ ਉਹਨੇ ਤੈਨੂੰ ਟਿਕਣ ਨਹੀਂ ਦੇਣਾ ਬੰਦਾ ਉਹੀ ਹੁੰਦਾ ਹੈ ਅੱਖਾਂ ਉਹੀ ਹੁੰਦੀਆਂ ਨੇ ਪਰ ਉਹਦੇ ਵੇਖਣ 'ਚ ਫਰਕ ਪੈ ਜਾਂਦਾ ਜਦੋਂ ਅੰਦਰ ਚਲੀ ਜਾਂਦੀ ਹੈ ਨਾ ਬੰਦਾ ਉਹੀ ਹੁੰਦਾ ਹੈ ਉਹਦੇ ਤੁਰਨ ਵਿੱਚ ਫਰਕ ਪੈ ਜਾਂਦਾ ਜੀਭ ਉਹੀ ਹੁੰਦੀ ਹੈ ਪਰ ਉਹਦੇ ਬੋਲਣ 'ਚ ਫਰਕ ਪੈ ਜਾਂਦਾ ਲੱਗ ਜਾਂਦਾ ਪਤਾ ਵੀ ਇਹਨੇ ਪੀਤੀ ਜਿੰਨਾ ਮਰਜ਼ੀ ਛਪਾ ਲਏ ਹੋ ਸਕਦਾ ਹੈ ਕੋਈ ਦੁਨੀਆਂ ਵਿੱਚ ਐਸਾ ਮਨੁੱਖ ਪੈਦਾ ਹੋਇਆ ਹੋਵੇ ਜਿਹੜਾ ਦੁਨੀਆਂ ਤੋਂ ਛਪਾ ਲਵੇ ਲੁਕ ਲੁਕ ਕੇ ਪੀਂਦਾ ਹੋਵੇ ਪਰ ਕਿਹੜਾ ਜੰਮਿਆ ਜਿਹੜਾ ਗੁਰੂ ਦੀਆਂ ਅੱਖਾਂ 'ਚ ਕੱਟਾ ਪਾ ਲਵੇ ਸਤਿਗੁਰ ਤੇ ਸਭ ਥਾਂ 'ਤੇ ਵੇਖਦੇ ਬੜੇ ਨੇ ਲੁਕ ਲੁਕ ਪੀਣ ਵਾਲੇ ਪਰ ਕੀ ਕਹਿੰਦੀ ਸਤਿਗੁਰਾਂ ਦੀ ਬਾਣੀ ਉਹ ਪ੍ਰਗਟ ਹੋ ਜਾਣੇ ਬੋਲਿਆ ਗੁਰੂ ਸਾਰੇ ਜਿਹੜੇ ਲੋਕ ਲੋਕ ਪਾਪ ਹੋ ਜਾਣੇ ਨੇ ਜਿਹੜੇ ਲੋਕ ਲੋਕ ਪਾਪ ਪਰ ਉਹ ਤੇ ਪ੍ਰਗਟ ਹੋ ਹੀ ਜਾਣੇ ਦੇਖੋ ਰੱਬ ਥੱਕਿਆ ਨਹੀਂ ਜਾਣਾ ਥੱਕਿਆ ਨਹੀਂ ਜਾਣਾ ਥੱਕਿਆ ਨਹੀਂ
ਠੱਗੇ ਤੇ ਰੱਬ ਦੇ ਪਿਆਰੇ ਨਹੀਂ ਜਾਂਦੇ ਆਖੋ ਸਾਧਨਾ ਨਾ ਉਹ ਮਰ ਹੈ ਨਾ ਠੱਗੇ ਜਿਨ ਕੈ ਰਾਮ ਵਸੈ ਮਨ ਮਾਹੇ ਜਿਨ੍ਹਾਂ ਅੰਦਰ ਵਾਹਿਗੁਰੂ ਦਾ ਨਾਮ ਵਸਦਾ ਕਹਿੰਦੇ ਉਹ ਠੱਗੇ ਨਹੀਂ ਜਾ ਸਕਦੇ ਸਾਧ ਸੰਗਤ ਉਹ ਠੱਗੇ ਨਹੀਂ ਜਾ ਸਕਦੇ ਕੌਣ ਠੱਗੇਗਾ ਰੱਬ ਨੂੰ ਕੌਣ ਹੈ ਰੱਬ ਦੀਆਂ ਅੱਖਾਂ 'ਚ ਜਿਹੜਾ ਘੱਟਾ ਪਾਵੇ ਉਹ ਮਲੂਕਾ ਚੌਧਰੀ ਪੀਲੀ ਕਹਿਣ ਲੱਗਾ ਮੈਂ ਕਿਹੜਾ ਬਾਹਰ ਜਾਣਾ ਕਿਹੜਾ ਦੁਨੀਆਂ ਨੂੰ ਪਤਾ ਲੱਗਣਾ ਕਿਹੜਾ ਲੋਕਾਂ ਨੂੰ ਪਤਾ ਲੱਗਣਾ ਹੈ ਸਾਧ ਸੰਗਤ ਪੀਤੀ ਪਰ ਜਿਹੜੀ ਅੰਦਰ ਗਈ ਸੀ ਉਹਨੇ ਟੇਕ ਕੇ ਬਹਿਣ ਨਾ ਦਿੱਤੀ